ਅਸਲਾਮ ਅਲੈਕਮ ਵੀਰ ਜੀ, ਕੀ ਹਾਲ ਆ ਜੀ? ਉਮੀਦ ਕਰਦਾ ਮੇਰੇ ਵੀਰ ਸਾਰੇ ਖੈਰੀਅਤ ਨਾਲ ਹੋਣਗੇ। ਬਾਈ ਜੀ, ਹੰਦਲਾ ਐਗਰੀਕਲਚਰ ਦੇ ਵਿੱਚ ਸਾਰੇ ਵੀਰਾਂ ਨੂੰ ਖੁਸ਼ਾਮਦੀਦ ਕਹਿੰਦੇ ਹਾਂ। ਅਤੇ ਮੀਆਂ ਚਨੂ ਗੱਲਾਂ ਮੰਡੀ 'ਚ ਮੌਜੂਦ ਆ ਜੀ। ਕਣਕ ਦਾ ਰੇਟ ਵੀਰਾਂ ਨਾਲ ਸ਼ੇਅਰ ਕਰਦੇ ਹਾਂ, ਬਲਕਿ ਨਾਲ ਨਾਲ ਵੀਰਾਂ ਨੂੰ ਕਪਾਹ ਦਾ ਰੇਟ ਵੀ ਦੱਸ ਦਿੰਦੇ ਹਾਂ। ਕਪਾਹ ਵੀ ਪਈ ਹੋਈ ਆ। ਅਤੇ ਅੱਜ ਮੀਆਂ ਚਨੂ ਗੱਲਾਂ ਮੰਡੀ ਦੇ ਵਿੱਚ ਬਾਈ ਗੰਦਮ ਦਾ ਜਿਹੜਾ ਰੇਟ ਆ, ਟਾਪ ਰੇਟ ਜਿਹੜਾ ਵਾ 2500 ਤੋਂ ਲੱਗ ਕੇ 2600 ਰੁਪਏ ਤੱਕ ਆ। ਜਿਹੜੀ ਥੋੜ੍ਹੀ ਜਿਹੀ ਕਣਕ ਨਾਰਮਲ ਆ ਬਾਈ, ਉਹਦਾ ਰੇਟ ਹੈਗਾ ਵਾ 2450 ਤੋਂ 2500 ਤੱਕ। ਜਿਹੜੀ ਚੰਗੀ ਆ, ਸਾਫ਼ ਸੁਥਰੀ ਬਾਈ, ਉਹਦਾ 2600। ਅਤੇ ਕਪਾਹ ਦੇ ਰੇਟ ਦੀ ਗੱਲ ਕਰੀਏ ਤਾਂ ਬਾਈ ਜੀ, 7,7200 ਤੋਂ ਲੱਗ ਕੇ 8,000 ਰੁਪਏ ਤੱਕ ਚੰਗੀ ਕਪਾਹ ਦਾ ਰੇਟ ਆ ਮੀਆਂ ਚਨੂ ਗੱਲਾਂ ਮੰਡੀ ਦੇ ਵਿੱਚ ਅੱਜ ਦਾ। ਇਹ ਬਾਈ ਜੀ ਨਵੀਂ ਅਪਡੇਟ ਆ। ਇਨਸ਼ਾਅੱਲਾ ਜਿਵੇਂ ਕੋਈ ਗੰਦਮ ਦੇ ਹਵਾਲੇ ਨਾਲ ਨਵੀਂ ਅਪਡੇਟ ਆਉਂਦੀ ਆ, ਕੋਈ ਰੇਟ ਵਧਣ ਦੇ ਹਵਾਲੇ ਨਾਲ ਅਪਡੇਟ ਆਉਂਦੀ ਆ, ਅਤੇ ਵੀਰਾਂ ਨਾਲ ਇਨਸ਼ਾਅੱਲਾ ਉਸੇ ਵਕਤ ਸ਼ੇਅਰ ਕਰਾਂਗੇ ਜੀ। ਅਤੇ ਤੁਹਾਡੇ ਇਲਾਕੇ ਦੇ ਵਿੱਚ ਅੱਜ ਗੰਦਮ ਦਾ ਰੇਟ ਕੀ ਆ, ਕਪਾਹ ਦਾ ਰੇਟ ਕੀ ਆ, ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ ਜੀ। ਮਿਲਦੇ ਹਾਂ ਨਵੀਂ ਵੀਡੀਓ ਨਾਲ। ਅੱਲਾ ਹਾਫਿਜ਼।